ਸਤਿ ਸ਼੍ਰੀ ਅਕਾਲ ਜੀ, ਮੈਂ ਜਸ ਚਾਵਲਾ ਡੈਸਟਨੀ ਬੋਰਡ ਤੋਂ। ਸੋ ਅੱਜ ਬੜਾ ਖੁਸ਼ੀ ਦਾ ਮਾਹੌਲ ਆਫਿਸ ਦੇ ਵਿੱਚ, ਪਰ ਦੁੱਖ ਦੀ ਗੱਲ ਨਾਲ ਇਹ ਹੈ ਕਿ ਇਹ ਵੀਡੀਓ ਤੁਹਾਡੇ ਨਾਲ ਲਾਈਵ ਹੋ ਕੇ ਫੇਸਬੁੱਕ 'ਤੇ ਜਿਵੇਂ ਅਸੀਂ ਪਹਿਲੇ ਕਰਦੇ ਸੀ ਉਵੇਂ ਸ਼ੇਅਰ ਨਹੀਂ ਕਰ ਸਕਦੇ, ਬਿਕੋਜ਼ ਡੈਸਟਨੀ ਬੋਰਡ ਦਾ ਲਾਈਵ ਵੀਜ਼ਾ ਦਿਖਾਉਣ ਦਾ ਕੰਸੈਪਟ ਜਿਹੜਾ ਸਾਰੇ ਪੰਜਾਬ ਨੇ ਕਾਪੀ ਕੀਤਾ। ਸੋ ਜਿੱਥੇ ਖਬਰਾਂ ਦਾ ਮਾਹੌਲ ਬੜਾ ਖਰਾਬ ਹੈ, ਲੋਕਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਯੂਕੇ ਨੇ ਵੀਜ਼ਾਸ ਨਹੀਂ ਦੇਣੇ। ਜਿਹੜੀ ਸਪੀਡ ਨਾਲ ਵੀਜ਼ਾ ਸ਼ੁਰੂ ਕੀਤੇ ਸੀ ਉਸ ਸਪੀਡ ਦੇ ਨਾਲ ਅੰਬੈਸੀ ਵੀਜ਼ਾਸ ਨਹੀਂ ਦੇ ਰਹੀ, ਐਡਮਿਸ਼ਨ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਨੇ। ਪਰ ਜਿਹਨੂੰ ਯੂਕੇ ਦਾ ਕੰਮ ਕਰਨਾ ਆਉਂਦਾ ਹੈ ਉਹਦੇ ਵਾਸਤੇ ਕੋਈ ਔਖਾ ਨਹੀਂ ਗਾ। ਇਹ ਰਿਜ਼ਲਟ ਜਿਹੜੇ 10 ਪਾਸਪੋਰਟ ਤੁਹਾਡੇ ਅੱਗੇ ਪਏ ਨੇ, ਇਹ ਸਬੂਤ ਹੈ ਮੇਰੀ ਟੀਮ ਦੇ ਐਫਰਟ ਦਾ, ਇਹ ਸਬੂਤ ਹੈ ਡੈਸਟਨੀ ਬੋਰਡ ਦੇ ਸਕਿੱਲਸ ਦਾ, ਜਿਸ ਕਰਕੇ ਆਪਾਂ ਇਹ ਬੱਚਿਆਂ ਦੀ ਜ਼ਿੰਦਗੀ ਬਣਾ ਪਾਏ ਹਾਂ। ਸਿਰਫ 10 ਪਾਸਪੋਰਟ ਨਹੀਂ ਹੈਗੇ, ਹਰ ਹਫ਼ਤੇ ਡੈਸਟਨੀ ਬੋਰਡ ਨੂੰ 5 ਤੋਂ ਲੈ ਕੇ 7 ਪਾਸਪੋਰਟ ਮਿਲ ਰਹੇ ਆ, ਔਰ ਉਸ ਟਾਈਮ 'ਤੇ ਮਿਲ ਰਹੇ ਆ ਜਦੋਂ ਬੱਚਿਆਂ 'ਤੇ ਕੈਸ਼ ਨਹੀਂ ਆ ਰਹੇ, ਔਫਰਸ ਨਹੀਂ ਆ ਰਹੀਆਂ, ਇੰਟਰਵਿਊ ਦੇ ਦੇ ਕੇ ਉਹਨਾਂ ਦੇ ਕੈਸ਼ ਕੈਂਸਲ ਹੋ ਰਹੇ ਆ। ਕੰਗਰੈਚੁਲੇਸ਼ਨਸ ਇਹਨਾਂ ਦੇ ਨਾਂ ਕਿ ਇਹ ਆਪ ਹੀ ਆ ਕੇ ਆਪਣੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨਗੇ, ਆਪਣੇ ਮੂੰਹ ਤੋਂ ਬਿਆਨ ਕਰਨਗੇ ਕਿ ਇਹਨਾਂ ਦਾ ਸਫ਼ਰ ਡੈਸਟਨੀ ਬੋਰਡ ਦੇ ਨਾਲ ਕਿੱਦਾਂ ਦਾ ਰਿਹਾ। ਸੋ ਬਹੁਤ ਜਲਦ ਇਹ ਆਪਣੇ ਟੈਸਟੀਮੋਨੀਅਲਸ, ਆਪਣੀ ਵੀਡੀਓਜ਼, ਆਪਣਾ ਜਿਹੜਾ ਫੀਡਬੈਕ ਹੈਗਾ ਇਹ ਲੈ ਕੇ ਤੁਹਾਡੇ ਅੱਗੇ ਆਉਣਗੇ। ਕੰਗਰੈਚੁਲੇਸ਼ਨਸ ਵਾਂਸ ਅਗੇਨ। ਔਰ ਸਭ ਬੱਚਿਆਂ ਦਾ ਕੰਮ ਕਿਸੇ ਦਾ 1 ਮਹੀਨੇ 'ਚ, ਕਿਸੇ ਦਾ 2 ਮਹੀਨਿਆਂ 'ਚ, ਜਿਹੜਾ ਸਾਰਾ ਕੰਮ ਹੈ ਇਹ ਕੰਪਲੀਟ ਹੋਇਆ। ਸੋ ਹਾਂ, ਸਭ ਦੀ ਕ੍ਰੈਡੀਬਿਲਟੀ ਇੰਟਰਵਿਊ ਹੋਈ, ਕਿਸੇ ਦੀ ਸਕਾਈਪ ਇੰਟਰਵਿਊ ਹੋਈ, ਜਿਹੜੇ ਜਿਹੜੇ ਬੱਚੇ ਨੇ ਟੈਸਟਿੰਗ 'ਤੇ ਵਿਸ਼ਵਾਸ ਕੀਤਾ, ਅੱਜ ਉਹ ਸਭ ਦੇ ਰਿਜ਼ਲਟ ਤੁਹਾਡੇ ਸਾਹਮਣੇ ਹੈਗੇ ਆ। ਸਰ, ਵਧੀਆ ਰਿਹਾ ਮੇਰਾ ਐਕਸਪੀਰੀਅੰਸ ਤੁਹਾਡੇ ਨਾਲ, ਵਧੀਆ ਅਤੇ ਵਧੀਆ ਕੰਮ ਕਰਦੇ ਆ। ਜੇ ਮੈਂ ਆਹ ਸਟੂਡੈਂਟਸ ਨੂੰ ਕਹੂੰਗੀ ਵੀ ਤੁਸੀਂ ਇੱਥੇ ਆਓ ਅਤੇ ਆਪਣਾ ਵੀਜ਼ਾ ਲਗਵਾਓ, ਕਿਉਂਕਿ ਮੇਰਾ ਵਧੀਆ ਰਿਹਾ ਇੱਥੇ ਅਤੇ ਮੈਂ ਆਪਦਾ ਵੀਜ਼ਾ ਪ੍ਰਾਪਤ ਕੀਤਾ। ਇਸ ਬੱਚੇ ਦੀ ਇੰਟਰਵਿਊ ਨਹੀਂ ਕਲੀਅਰ ਹੋ ਰਹੀ, ਇੰਨੀ ਡੀਮੋਟੀਵੇਟ ਸੀ ਕਿ ਸਰ ਮੈਂ ਨਾ, ਮੇਰਾ ਦਿਲ ਕਰਦਾ ਕਿ ਮੇਰੀ ਕਿਸਮਤ ਮਾੜੀ ਹੈ, ਮੈਂ ਸ਼ਾਇਦ ਨਹੀਂ ਕਰਨਾ, ਬਿਕੋਜ਼ ਯੂਨੀਵਰਸਿਟੀ ਨੇ 1-2 ਵਾਰ ਇੰਟਰਵਿਊ ਲਿੱਤੀ ਅਤੇ ਇਸ ਬੱਚੇ ਕੋਲ ਬੋਲਿਆ ਨਹੀਂ ਗਿਆ, ਬਿਕੋਜ਼ ਬੱਚੇ 'ਤੇ ਆਲਸ ਹੈਗੀ ਹੈ, ਗੁੱਡ ਸਪੀਕਿੰਗ ਸਕਿੱਲਸ ਹੈਗੇ ਆ, ਸਿਰਫ ਕੋਨਫੀਡੈਂਸ ਦੀ ਕਮੀ ਸੀ। ਮੇਰੀ ਟੀਮ ਨੇ, ਮੈਂ ਖੁਦ ਦਰ ਨਾਲ ਬੈਠ ਕੇ ਉਹਨੂੰ ਮੋਟੀਵੇਟ ਕੀਤਾ, ਔਰ ਅੱਜ ਇਹ ਬੱਚਾ ਵੀਜ਼ਾ ਲੈ ਕੇ ਕਾਮਯਾਬ ਹੋ ਗਿਆ। ਸੋ ਥੈਂਕ ਯੂ ਵੈਰੀ ਮੱਚ। ਸਾਰੇ ਬੱਚਿਆਂ ਨੂੰ, ਉਹਨਾਂ ਦੇ ਪੇਰੈਂਟਸ ਨੂੰ, ਡੈਸਟਨੀ ਦੀ ਟੀਮ ਨੂੰ, ਮੇਰੇ ਨਾਲ ਖੜ੍ਹੇ ਸਾਰੇ ਮੇਰੇ ਕੌਂਸਲਰਸ ਨੂੰ ਬਹੁਤ ਬਹੁਤ ਮੁਬਾਰਕਾਂ।